ਬੀਤੇ ਕੁਛ ਦਿਨਾਂ ਤੋਂ ਆਸਾਮ ਅਤੇ ਮਿਜ਼ੋਰਮ ਦੇ ਹਾਲਾਤ ਤਣਾਅਪੂਰਨ ਬਣੇ ਹੋਏ ਨੇ। ਆਸਾਮ ਅਤੇ ਮਿਜ਼ੋਰਮ ਦੀਆਂ ਪੁਲਿਸ ਫੋਰਸਾਂ ਵਿੱਚ ਹੋਈ ਝੜਪ ਵਿੱਚ ਆਸਾਮ ਪੁਲਿਸ ਦੇ 5 ਜਵਾਨ ਅਤੇ 1 ਆਸਾਮੀ ਸ਼ਹਿਰੀ ਦੇ ਮਾਰੇ ਜਾਣ ਦੀ ਖਬਰਾਂ ਆ ਰਹੀਆਂ ਨੇ ਅਤੇ ਕਈ ਹੋਰ ਜ਼ਖਮੀ ਵੀ ਹੋਏ ਨੇ। ਦੇਸ਼ ਦੇ ਹੋਰਨਾਂ ਸੂਬਿਆਂ ਦੇ ਲੋਕ ਇਸ ਗੱਲ 'ਤੇ ਹੈਰਾਨ ਹੋ ਰਹੇ ਹਨ ਕਿ ਆਪਣੇ ਹੀ ਦੇਸ਼ ਦੇ ਵਿੱਚ 2 ਸੂਬਿਆਂ ਦੇ ਪੁਲਿਸ ਕਰਮਚਾਰੀਆਂ ਨੇ ਇੱਕ ਦੂਜੇ 'ਤੇ ਗੋਲੀਬਾਰੀ ਕਿਉਂ ਕੀਤੀ। ਇਸ ਦੇ ਕਾਰਨ ਖਿੱਤੇ ਦਾ ਜਟਿਲ ਇਤਿਹਾਸ ਅਤੇ ਉੱਥੇ ਰਹਿੰਦੇ ਲੋਕ ਸਮੂਹਾਂ ਵਿਚਲੀ ਖਿੱਚੋਤਾਣ ਦਾ ਸਿਆਸੀਕਰਨ ਹੈ। ਜੇਕਰ ਆਸਾਮ ਦੇ ਭੂਗੋਲਿਕ ਦੀ ਗੱਲ ਕੀਤੀ ਜਾਵੇ ਤਾਂ ਆਸਾਮ ਦੇ ਉੱਤਰ ਵਿੱਚ ਭੂਟਾਨ ਅਤੇ ਅਰੁਣਾਚਲ ਪ੍ਰਦੇਸ਼ ਹਨ, ਦੱਖਣ ਵਿੱਚ ਮੇਘਾਲਿਆ, ਤ੍ਰਿਪੁਰਾ, ਮਿਜ਼ੋਰਮ ਅਤੇ ਬੰਗਲਾਦੇਸ਼, ਪੂਰਬ ਵਿੱਚ ਨਾਗਾਲੈਂਡ, ਮਨੀਪੁਰ ਅਤੇ ਪੱਛਮ ਵਿੱਚ ਪੱਛਮੀ ਬੰਗਾਲ ਹੈ। ਆਜ਼ਾਦੀ ਤੋਂ ਪਹਿਲਾਂ ਅਰੁਣਾਚਲ ਪ੍ਰਦੇਸ਼, ਨਾਗਾਲੈਂਡ, ਮੇਘਾਲਿਆ ਅਤੇ ਮਿਜ਼ੋਰਮ ਅੰਗਰੇਜ਼ਾਂ ਅਧੀਨ ਆਸਾਮ ਪ੍ਰਦੇਸ਼ ਦਾ ਹਿੱਸਾ ਸੀ। ਇਹਨਾਂ ਖੇਤਰਾਂ ਵਿੱਚ ਵੱਖ ਵੱਖ ਕਬੀਲੇ ਵੱਸਦੇ ਹਨ। ਕਬੀਲਿਆਂ ਦੇ ਅੰਦਰਲਾ ਸਹਿਚਾਰ, ਸਮਾਜਿਕ ਬਰਾਬਰੀ, ਪ੍ਰੇਮ ਅਤੇ ਪੀੜ੍ਹੀ ਭਾਈਚਾਰਕ ਸਾਂਝ ਵਾਲਾ ਹੈ, ਪਰ ਇੱਕ ਕਬੀਲੇ ਦੇ ਦੂਜੇ ਕਬੀਲੇ ਨਾਲ ਰਿਸ਼ਤਿਆਂ ਵਿੱਚ ਕਾਫੀ ਅੰਤਰ ਹੈ। ਹੋ ਸਕਦਾ ਹੈ ਕਿ ਇਹ ਰਿਸ਼ਤੇ ਸਹਿਚਾਰ ਵਾਲੇ ਹੋਣ, ਪਰ ਇਹ ਵੀ ਹੋ ਸਕਦਾ ਹੈ ਕਿ ਇਹ ਰਿਸ਼ਤੇ ਕੁੜੱਤਣ, ਸ਼ੱਕ, ਡਰ ਅਤੇ ਵੈਰ ਵਿਰੋਧ ਦੀਆਂ ਭਾਵਨਾਵਾਂ ਨਾਲ ਭਰਪੂਰ ਹੋਣ। ਆਜ਼ਾਦੀ ਤੋਂ ਬਾਅਦ ਨਾਗਾਲੈਂਡ ਆਸਾਮ ਤੋਂ 1963 ਵਿੱਚ ਵੱਖਰਾ ਹੋਇਆ ਅਤੇ ਅਰੁਣਾਚਲ ਪ੍ਰਦੇਸ਼, ਮਿਜ਼ੋਰਮ, ਮੇਘਾਲਿਆ ਤੋਂ 1972 ਵਿੱਚ ਹੋਂਦ ਵਿੱਚ ਆਏ। ਆਸਾਮ ਵਿੱਚ ਮਿਜ਼ੋਰਮ ਇੱਕ ਜ਼ਿਲ੍ਹਾ ਸੀ ਅਤੇ ਇੱਕ ਲੁਸ਼ਾਨੀ ਪਹਾੜੀ ਜ਼ਿਲ੍ਹਾ ਕਿਹਾ ਜਾਂਦਾ ਸੀ। ਇਸ ਖੇਤਰ ਵਿੱਚ ਜ਼ਿਆਦਾਤਰ ਮਿਜ਼ੋ ਕਬੀਲੇ ਦੇ ਲੋਕ ਵੱਸਦੇ ਨੇ, ਜਿਨ੍ਹਾਂ ਨੂੰ ਲੁਸ਼ਾਨੀ ਵੀ ਕਿਹਾ ਜਾਂਦਾ ਹੈ। ਸਾਲ 1972 ਵਿੱਚ ਮਿਜ਼ੋਰਮ ਆਸਾਮ ਤੋਂ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਵਜੋਂ ਵੱਖਰਾ ਹੋਇਆ ਅਤੇ 1986 ਵਿੱਚ 53ਵੀਂ ਸੰਵਿਧਾਨਕ ਸੋਧ ਅਨੁਸਾਰ ਪੂਰਾ ਸੂਬਾ ਬਣ ਗਿਆ। ਆਸਾਮ ਅਤੇ ਮਿਜ਼ੋਰਮ ਵਿਚਲੀ ਹੱਦ ਦੀ ਲੰਬਾਈ 164 ਕਿਲੋਮੀਟਰ ਹੈ। ਦੇਸ਼ ਦੇ ਉੱਤਰੀ ਪੂਰਬੀ ਖੇਤਰ ਵਿੱਚ ਵੱਸਦੇ ਕਬੀਲੇ ਦੇ ਲੋਕ ਜ਼ਮੀਨ ਸੰਬੰਧੀ ਕਾਗਜ਼ਾਤ ਬਹੁਤ ਘੱਟ ਜਾਂ ਨਾ ਮਾਤਰ ਹਨ। ਇਹ ਸਾਰੇ ਕਬੀਲੇ ਆਪਣੀ ਪਰੰਪਰਾਵਾਂ ਦੇ ਆਧਾਰ 'ਤੇ ਬਹੁਤ ਸਾਰੇ ਇਲਾਕਿਆਂ ਨੂੰ ਆਪਣਾ ਦੱਸਦੇ ਨੇ। ਕਈ ਵਾਰ ਅਜਿਹੇ ਦਾਅਵਿਆਂ ਦੀ ਬੁਨਿਆਦ ਪੁਰਾਣੇ ਕਬੀਲੇ ਰਾਜਾ ਸ਼ਾਹੀ ਦੇ ਆਧਾਰ 'ਤੇ ਹੁੰਦੀ ਹੈ। ਕਈ ਵਾਰ ਸਿਆਸਤਦਾਨ ਪੁਰਾਣੀਆਂ ਇਤਿਹਾਸਕ ਅਤੇ ਮਿਥਿਹਾਸਕ ਯਾਦਾਂ ਨੂੰ ਹਵਾ ਦੇ ਕੇ ਵੋਟਾਂ ਵੀ ਹਾਸਲ ਕਰਨਾ ਚਾਹੁੰਦੇ ਨੇ। ਇਹਨਾਂ ਕਾਰਨਾਂ ਕਰਕੇ ਹੀ ਆਸਾਮ ਦੇ ਗੁਆਂਢੀ ਸੂਬਿਆਂ ਨਾਲ ਆਪਣੀਆਂ ਹੱਦਾਂ ਨੂੰ ਲੈ ਕੇ ਕਈ ਤਰ੍ਹਾਂ ਦੇ ਝਗੜੇ ਰਹਿੰਦੇ ਨੇ। ਦੇਸ਼ ਵਿੱਚ ਵੱਸਦੇ ਹੋਰਨਾਂ ਸੂਬਿਆਂ ਦੇ ਲੋਕਾਂ ਲਈ ਇਹ ਜਾਣਕਾਰੀ ਹੈਰਾਨ ਕਰਨ ਵਾਲੀ ਹੋ ਸਕਦੀ ਹੈ ਕਿ ਇਹਨਾਂ ਸੂਬਿਆਂ ਦੀਆਂ ਹੱਦਾਂ ਅਤੇ ਦੋਵਾਂ ਸੂਬਿਆਂ ਦੀਆਂ ਪੁਲਿਸ ਫੋਰਸਾਂ ਦੀਆਂ ਟੁਕੜੀਆਂ ਤਾਇਨਾਤ ਰਹਿੰਦੀਆਂ ਹਨ, ਜਿਨ੍ਹਾਂ ਨੂੰ ਬਾਰਡਰ ਆਊਟ ਪੋਸਟਾਂ ਕਿਹਾ ਜਾਂਦਾ ਹੈ। ਇਹਨਾਂ ਸੂਬਿਆਂ ਦੀ ਹੱਦਾਂ 'ਤੇ ਰਹਿੰਦੇ ਲੋਕਾਂ ਵਿਚਕਾਰ ਕੁੜੱਤਨ ਕਈ ਵਾਰ ਵੱਧ ਜਾਂਦੀ ਹੈ ਅਤੇ ਹਿੰਸਕ ਰੂਪ ਵੀ ਲੈ ਜਾਂਦੀ ਹੈ। ਸਾਲ 1985 ਵਿੱਚ ਨਾਗਾਲੈਂਡ ਪੁਲਿਸ ਅਤੇ ਆਸਾਮ ਪੁਲਿਸ ਵਿਚਕਾਰ ਮੇਰਾ ਪਾਣੀ ਨਾਂ ਦੇ ਸਥਾਨ 'ਤੇ ਅਜਿਹਾ ਅਕਤੂਬਰ 2020 ਵਿੱਚ ਦੋਵਾਂ ਸੂਬਿਆਂ ਦੇ ਲੋਕਾਂ ਦੀਆਂ ਝੜਪਾਂ ਹੋਈਆਂ, ਜਿਸ ਵਿੱਚ ਕਈ ਲੋਕ ਜ਼ਖਮੀ ਹੋਏ। ਬੀਤੇ ਸੋਮਵਾਰ ਲੈਲਾਪੁਰ ਨਾਂ ਦੇ ਸਥਾਨ 'ਤੇ ਪਹਿਲਾਂ ਸਥਾਨਕ ਲੋਕਾਂ ਵਿੱਚ ਝੜਪ ਹੋਈ ਅਤੇ ਬਾਅਦ ਵਿੱਚ ਦੋਵਾਂ ਸੂਬਿਆਂ ਦੀ ਪੁਲਿਸ ਵਿੱਚ ਵੀ ਟਕਰਾਅ ਹੋ ਗਿਆ। ਦੋਹਾਂ ਸੂਬਿਆਂ 'ਤੇ ਕੇਂਦਰ ਸਰਕਾਰ ਨੂੰ ਵੱਧ ਰਹੇ ਤਣਾਅ ਬਾਰੇ ਪਤਾ ਸੀ ਅਤੇ ਇੱਥੇ CRPF ਵੀ ਤੈਨਾਤ ਕੀਤੀ ਗਈ ਸੀ। ਜਦ ਸਥਾਨਕ ਪੱਧਰ 'ਤੇ ਤਣਾਅ ਵੱਧ ਰਿਹਾ ਸੀ ਤਾਂ ਦੋਹਾਂ ਸੂਬਿਆਂ ਦੇ ਮੁੱਖ ਮੰਤਰੀ ਅਤੇ ਸਥਾਨਕ ਅਧਿਕਾਰੀਆਂ ਨੂੰ ਵੀ ਇਸ ਪ੍ਰਤੀ ਜ਼ਿਆਦਾ ਸੰਵੇਦਨਸ਼ੀਲ ਹੋਣਾ ਚਾਹੀਦਾ ਸੀ। ਆਮ ਤੌਰ 'ਤੇ ਅਜਿਹੇ ਝਗੜੇ ਗੁਆਂਢੀ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਅਤੇ ਪੁਲਿਸ ਅਧਿਕਾਰੀਆਂ ਦੀ ਕਮੇਟੀਆਂ ਬਣਾ ਕੇ ਨਿਬੇੜ ਦਿੱਤੇ ਜਾਂਦੇ ਹਨ। ਆਸਾਮ ਇੱਕ ਵੱਡਾ ਸੂਬਾ ਹੈ ਅਤੇ ਉਸ ਨੂੰ ਛੋਟੇ ਗੁਆਂਢੀ ਸੂਬਿਆਂ ਦੇ ਲੋਕਾਂ ਦੀਆਂ ਭਾਵਨਾਵਾਂ ਪ੍ਰਤੀ ਜ਼ਿਆਦਾ ਸੰਵੇਦਨਸ਼ੀਲ ਹੋਣਾ ਚਾਹੀਦਾ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕੇਂਦਰ ਸਰਕਾਰ ਹੱਦਾਂ ਬਾਰੇ ਝਗੜੇ ਦੇਸ਼ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਤੋਂ ਪਹਿਲਾਂ ਹੱਲ ਕਰਨਾ ਚਾਹੁੰਦੀ ਹੈ, ਪਰ ਅਜਿਹੇ ਹੱਲ ਦੀ ਤਲਾਸ਼ ਵਿੱਚ ਜਲਦਬਾਜ਼ੀ ਕਰਨਾ ਖਤਰਨਾਕ ਸਾਬਤ ਹੋ ਸਕਦਾ ਹੈ। ਇਤਿਹਾਸ ਦੇ ਦਿੱਤੇ ਜ਼ਖਮ ਬਹੁਤ ਡੂੰਘੇ ਹੁੰਦੇ ਹਨ। ਇਹਨਾਂ ਝਗੜਿਆਂ ਨੂੰ ਬਹੁਤ ਹੀ ਧੀਰਜ ਨਾਲ ਨਿਪਟਾਇਆ ਜਾਣਾ ਚਾਹੀਦਾ ਹੈ।